ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਸਾਡਾ ਟੀ ਵੀ ਯੂ ਐੱਸ ਏ। ਹੁਣ ਪੰਜਾਬ ਦੇ ਵਿੱਚ ਬਿਜਲੀ ਵਰਤਣ ਵਾਲਿਆਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਇਹਨਾਂ ਲੋਕਾਂ ਨੂੰ ਮੌਜਾਂ ਹੀ ਮੌਜਾਂ ਲੱਗਣਗੀਆਂ। ਪੰਜਾਬ ਸਰਕਾਰ ਵੱਲੋਂ ਜਿੱਥੇ 2 ਕਿਲੋਵਾਟ ਤੱਕ ਬਿਜਲੀ ਕਨੈਕਸ਼ਨਾਂ ਦਾ ਬਕਾਇਆ ਅਤੇ ਬਿੱਲ ਮਾਫ਼ ਕਰਨ ਦੇ ਸੰਬੰਧੀ ਆਖਿਆ ਗਿਆ ਸੀ, ਅਤੇ ਹੁਣ ਪੰਜਾਬ ਕੈਬਨਿਟ ਦੇ ਵੱਲੋਂ ਲਏ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ, ਅਤੇ ਜਿਸ ਬਾਰੇ ਹੁਣ ਇੱਕ ਕਮਰਸ਼ੀਅਲ ਸਰਕੂਲਰ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ, ਅਤੇ ਜਿਸ ਵਿੱਚ ਆਖਿਆ ਗਿਆ ਹੈ ਕਿ ਜਿਨ੍ਹਾਂ ਘਰੇਲੂ ਖਪਤਕਾਰਾਂ ਦੇ 2 ਕਿਲੋਵਾਟ ਤੱਕ ਦੇ 29 ਸਤੰਬਰ ਤੱਕ ਬਿੱਲ ਆਏ ਹਨ, ਉਹਨਾਂ ਦਾ ਬਾਕੀ ਵਿਧਾ ਪਹਿਲਾਂ ਰਹਿੰਦਾ ਬਕਾਇਆ ਮਾਫ਼ ਕੀਤਾ ਜਾਵੇ, ਅਤੇ ਜਿਸ ਵਾਸਤੇ ਉਪਭੋਗਤਾ ਨੂੰ ਬਿੱਲ ਦਿਖਾਉਣਾ ਲਾਜ਼ਮੀ ਹੋਵੇਗਾ, ਅਤੇ ਉਸਦੇ ਅਨੁਸਾਰ ਹੀ ਉਸ 'ਤੇ ਬਿਜਲੀ ਦੇ ਬਿੱਲ ਦਾ ਭੁਗਤਾਨ ਕੀਤਾ ਜਾਵੇਗਾ। ਅਤੇ ਸਾਰੇ ਆਦੇਸ਼ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੰਬਰ 38/2021 ਮਿਤੀ 13 ਅਕਤੂਬਰ 2001 ਦੇ ਅਨੁਸਾਰ ਹਨ। ਇਸ ਸੰਬੰਧੀ ਲੋਕਾਂ ਨੂੰ ਸਹੂਲਤ ਦਿੱਤੇ ਜਾਣ ਦਾ ਹੁਣ SDM ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਅਤੇ ਜਿੱਥੇ ਖਪਤਕਾਰਾਂ ਨੂੰ ਪੇਸ਼ ਆਈਆਂ ਮੁਸ਼ਕਿਲਾਂ ਦਾ ਹੱਲ ਵੀ ਕੀਤਾ ਜਾਵੇਗਾ, ਅਤੇ ਉੱਥੇ ਹੀ ਪਹਿਲਾਂ ਰਹਿੰਦੇ ਬਕਾਏ ਦਾ ਭੁਗਤਾਨ ਵੀ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ, ਅਤੇ ਜਿਨ੍ਹਾਂ ਲੋਕਾਂ ਦੇ ਕਨੈਕਸ਼ਨ ਕੱਟ ਦਿੱਤੇ ਗਏ ਸੀ, ਅਤੇ ਉਹਨਾਂ ਨੂੰ ਵੀ ਨਵੇਂ ਕਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ, ਅਤੇ ਕੁਝ ਲੋਕਾਂ ਦੇ ਕਨੈਕਸ਼ਨ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਜਾਵੇਗਾ। ਅਤੇ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜਮ੍ਹਾਂ ਨਾ ਹੋਣ 'ਤੇ ਬਿਜਲੀ ਦੇ ਕਨੈਕਸ਼ਨ ਕੱਟੇ ਗਏ ਸਨ ਉਹਨਾਂ ਨੂੰ ਤੁਰੰਤ ਜੋੜਨ ਦੇ ਆਦੇਸ਼ ਦੇ ਦਿੱਤੇ ਗਏ ਨੇ, ਅਤੇ ਜਿਸ ਦੀ ਫੀਸ ਅਤੇ ਬਾਕੀ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਤਾਂ ਦੋਸਤੋ, ਖੁਸ਼ੀ ਦੀ ਖਬਰ ਹੈ। ਇਸੇ ਤਰ੍ਹਾਂ ਦੀਆਂ ਕੁਝ ਨਵੀਆਂ ਖਬਰਾਂ ਸੁਣਨ ਦੇ ਲਈ ਦੇਖਦੇ ਰਹੋ ਸਾਡਾ TV USA। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।